ਸੰਗਰੂਰ ਦੇ ਵਿੱਚ ਇਹ ਆਂਗਨਵਾੜੀ ਸੈਂਟਰ ਹੈਗਾ ਸਾਡਾ, ਉਹਦੇ ਵਿੱਚ ਮਤਲਬ ਇਹ ਜਿਹੜਾ ਫੀਡ ਆ ਰਹੀ ਹੈ, ਫੀਡ ਦੇਣ ਸੰਬੰਧੀ ਜਿਹੜੀ ਸਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ, ਸਾਡੇ ਲਾਭਪਾਤਰੀ ਅੱਜ ਬੁਲਾਏ ਹੋਏ ਨੇ, ਕਿਉਂਕਿ ਸਾਰੇ ਲਾਭਪਾਤਰੀ ਇਹ ਕਹਿ ਰਹੇ ਸੀ ਖਾਣਾ ਸਾਨੂੰ ਪਸੰਦ ਨਹੀਂ ਹੈਗਾ ਕਿ ਖਾਣਾ ਸਾਡੀ ਜਿਹੜੀ ਰੈਸਪੀ ਚੇਂਜ ਕੀਤੀ ਜਾਵੇ, ਤਾਂ ਇਹਨਾਂ ਨੇ ਸਾਰਿਆਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸਹਿਣ ਵੀ ਕਰਕੇ ਦੇਣ ਨੂੰ ਤਿਆਰ ਹਾਂ ਮੰਤਰੀ ਸਾਹਿਬ ਨੂੰ, ਵੀ ਸਾਡੀ ਇਹ ਫੀਡ ਜਿਹੜੀ ਹੈ ਬਹੁਤ ਹੀ ਘਟੀਆ ਕੁਆਲਿਟੀ ਦੀ ਆ ਰਹੀ ਹੈ। ਪਹਿਲਾਂ ਸਾਨੂੰ ਜਿਹੜੀ ਪੰਜੀਰੀ ਸੀਗੀ ਉਹ ਬੇਰਕਾ ਤੋਂ ਆਉਂਦੀ ਸੀਗੀ, ਉਹਦਾ ਜਿਹੜਾ ਸੀਗਾ ਬਹੁਤ ਵਧੀਆ ਹੁੰਦਾ ਸੀ, ਉਹਦੇ 'ਚ ਦੇਸੀ ਘਿਓ ਮਿਕਸ ਕੀਤਾ ਹੁੰਦਾ ਸੀਗਾ, ਬਹੁਤ ਵਧੀਆ ਮਤਲਬ ਉਹ ਪੰਜੀਰੀ ਹੁੰਦੀ ਸੀ, ਸਾਰੇ ਲਾਭਪਾਤਰੀ ਸਾਨੂੰ ਉਸ ਨੂੰ ਪਸੰਦ ਕਰਦੇ ਸੀ। ਪਰ ਜਿਹੜੀ ਹੁਣ ਜਿਹੜੀ ਇਹ ਪੰਜੀਰੀ ਆ ਰਹੀ ਹੈ, ਇਹ ਦੇਖੋ ਇਹ ਜਿਹੜੀ ਪੰਜੀਰੀ ਹੈ ਇਹ ਇੱਕ ਤਰ੍ਹਾਂ ਦਾ ਜਿਹੜਾ ਪੱਸੀ ਰੇਤਾ ਹੁੰਦਾ ਉਹਦੇ ਵਰਗੀ ਹੈ, ਇਹਦੇ ਵਿੱਚ ਬਿਲਕੁਲ ਵੀ ਕਿਤੇ ਇਹ ਨਹੀਂ ਲੱਗਦਾ ਵੀ ਘਿਓ ਵੀ ਹੈਗਾ, ਤਾਂ ਉਸ ਤਰ੍ਹਾਂ ਤਰੀਕੇ ਦੀ ਆ ਰਹੀ ਹੈ। ਉਸ ਤੋਂ ਇਲਾਵਾ ਇਹ ਜਿਹੜੀ ਖਿਚੜੀ ਆਉਂਦੀ ਹੈ ਇਹਦੇ ਵਿੱਚ ਦਾਲ ਦਾ ਦਾਣਾ ਕੋਈ ਕੋਈ ਹੁੰਦਾ, ਇਹਦੇ ਵਿੱਚ ਹਿੰਗ ਪਾਈ ਜਾਂਦੀ ਆ, ਉਸ ਕਰਕੇ ਕੜੱਤਣ ਦੀ ਬਣਦੀ ਹੈਗੀ। ਇਹਦੇ ਵਿੱਚ ਜਿਹੜੇ ਕਿਰਕਲ ਦੀ ਮਿਕਸ ਵੀ ਆਉਂਦੀ ਹੈ, ਜਿਹੜਾ ਕਿ ਸਹੀ ਤਰੀਕੇ ਦੇ ਨਾਲ ਸਾਰੇ ਲਾਭਪਾਤਰੀਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਨਮਕੀਨ ਦਲੀਆ ਆਉਂਦਾ, ਇਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ, ਔਰ ਜਿਹੜਾ ਇਹ ਜਿਹੜਾ ਨਮਕੀਨ ਦਲੀਆ ਇਹਦੇ ਵਿੱਚ ਜਿਹੜਾ ਹੈਗਾ ਮਤਲਬ ਕੱਚਾਪਨ ਆਉਂਦਾ ਬਣਾਉਣ ਦੇ ਸਮੇਂ ਵੀ, ਜਿਹੜਾ ਸਾਨੂੰ ਮਿੱਠਾ ਦਲੀਆ ਹੁਣ ਇਸ ਟਾਈਮ ਸਾਡੇ ਸੈਂਟਰ ਦੇ ਵਿੱਚ ਖਤਮ ਹੋਇਆ ਹੋਇਆ, ਅਤੇ ਉਹ ਵੀ ਜਦੋਂ ਅਸੀਂ ਨੇ ਵੰਡਿਆ ਸੀ ਅਤੇ ਸਾਰੇ ਲੋਕਾਂ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਅਸੀਂ ਮਿੱਠਾ ਦਲੀਆ ਨਹੀਂ ਲੈਣਾ, ਉਹਦੇ ਵਿੱਚੋਂ ਵੀ ਜਿਸ ਤਰ੍ਹਾਂ ਇੱਕ ਲੱਗੀ ਹੋਈ ਕਣਕ ਦਾ ਦਲੀਆ ਹੁੰਦਾ ਤਾਂ ਉਸ ਤਰ੍ਹਾਂ ਦਾ ਕੌੜਾਪਣ ਉਹਦੇ ਵਿੱਚੋਂ ਆਉਂਦਾ ਸੀ। ਸਾਰੇ ਲਾਭਪਾਤਰੀ ਨੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ, ਕਹਿੰਦੇ ਜੀ ਸਾਨੂੰ ਇਹ ਨਾ ਦਿਆ ਕਰੋ, ਆਪਣੇ ਕੋਲ ਹੀ ਰੱਖਿਆ ਕਰੋ, ਅਸੀਂ ਤਾਂ ਜੀ ਪਸ਼ੂਆਂ ਨੂੰ ਪਾਉਂਦੇ ਹਾਂ ਜੀ ਇਹ ਫੀਡ। ਇਹ ਫੀਡ ਤਾਂ ਦੇਖੋ ਜਿਹੜੀ ਸਾਨੂੰ ਪਹਿਲਾਂ ਫੀਡ ਮਿਲਦੀ ਸੀ ਉਸ ਨੂੰ ਲਾਭਪਾਤਰੀ ਬਹੁਤ ਪਸੰਦ ਕਰਦੇ ਸੀ। ਜੇਕਰ ਗੱਲ ਕਰੀਏ ਤਾਂ ਗੁਆਂਢੀ ਸੂਬੇ ਦੀ, ਜਿਹੜਾ ਆਪਾਂ ਹਰਿਆਣਾ ਹੈਗਾ ਉਹਦੇ ਵਿੱਚ ਚਨੇ ਮਿਲਦੇ ਨੇ, ਔਰ ਜਿਹੜਾ ਮੂੰਗਫਲੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹ ਪ੍ਰੋਟੀਨ ਮਿਲਦਾ, ਤਾਂ ਉਹ ਜੀ ਜਿਹੜਾ ਫੀਡ ਮਿਲਦੀ ਹੈ। ਜੇਕਰ ਬਿਹਾਰ ਯੂਪੀ ਦੇ ਏਰੀਏ ਨੂੰ ਉਹ ਕਰੀਏ ਪੁੱਛੀਏ ਤਾਂ ਉੱਥੇ ਵੀ ਜਿਹੜਾ ਐੱਗ ਵਗੈਰਾ ਬੱਚਿਆਂ ਲਈ ਦਿੱਤਾ ਜਾਂਦਾ, ਦੁੱਧ ਪਿਲਾਊ ਮਾਵਾਂ ਲਈ ਦਿੱਤਾ ਜਾਂਦਾ, ਗਰਭਵਤੀ ਮਾਵਾਂ ਲਈ ਦਿੱਤਾ ਜਾਂਦਾ, ਤਾਂ ਇੱਥੇ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਖਾਣਾ ਦਿੱਤਾ ਜਾਂਦਾ ਜਿਸ ਤਰ੍ਹਾਂ ਇੱਕ ਬਿਮਾਰ ਬੱਚੇ ਨੂੰ ਦਿੱਤਾ ਜਾਂਦਾ ਹੁੰਦਾ। ਕੀ ਭਗਵੰਤ ਮਾਨ ਸਾਹਿਬ ਦੇ ਵੀ ਬੱਚਾ ਹੋਇਆ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਇਸ ਤਰ੍ਹਾਂ ਦੇ ਆਪਣੇ ਬੱਚੇ ਨੂੰ ਜਾਂ ਆਪਣੀ ਘਰ ਵਾਲੀ ਜਿਹੜੀ ਗੁਰਪ੍ਰੀਤ ਕੌਰ ਹੈ ਉਹਨਾਂ ਨੂੰ ਇਹ ਖਾਣਾ ਦਿੱਤਾ? ਇਹ 0 ਤੋਂ 6 ਸਾਲ ਦੇ ਬੱਚੇ ਆਉਂਦੇ ਨੇ ਜੀ ਸਾਡੇ ਕੋਲੋਂ, ਉਸ ਤੋਂ ਇਲਾਵਾ ਗਰਭਵਤੀ ਮਾਵਾਂ ਹੁੰਦੀਆਂ ਨੇ, ਦੁੱਧ ਪਿਲਾਊ ਮਾਵਾਂ ਹੁੰਦੀਆਂ ਨੇ, ਜਿਹੜਾ 0 ਤੋਂ 3 ਸਾਲ ਦੇ ਬੱਚਿਆਂ ਨੂੰ ਅਸੀਂ ਟੇਕ ਹੋਮ ਰਾਸ਼ਨ ਦਿੰਦੇ ਹਾਂ, ਗਰਭਵਤੀ ਮਾਵਾਂ ਅਤੇ ਦੁੱਧ ਪਿਲਾਊ ਮਾਵਾਂ ਨੂੰ ਟੇਕ ਹੋਮ ਰਾਸ਼ਨ ਦਿੰਦੇ ਹਾਂ, ਅਤੇ ਉਸ ਤੋਂ ਇਲਾਵਾ ਜਿਹੜੇ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਨਵਾੜੀ ਸੈਂਟਰ 'ਚ ਆਉਂਦੇ ਨੇ ਉਹਨਾਂ ਨੂੰ ਅਸੀਂ ਬਣਾ ਕੇ ਖਾਣਾ ਦਿੰਦੇ ਹਾਂ। ਕਿਵੇਂ ਦੇਖਦੇ ਹੋ ਛੋਟੇ ਬੱਚਿਆਂ ਨੂੰ ਇਹ ਖਾਣਾ, ਬਿਮਾਰ ਵੀ ਬੱਚੇ ਹੁੰਦੇ ਹੋਣ? ਇਹ ਬੱਚੇ ਦਾ ਜੀ ਦੇਖੋ ਇਹਦਾ ਆਪ ਫੱਕਾ ਮਾਰ ਕੇ ਤੁਸੀਂ ਦੇਖੋ ਵੀ ਪੰਜੀਰੀ ਕਿ ਅੱਗੇ ਸਿੱਧੀ ਜਿਹੜੀ ਹੈ ਗਲੇ ਤੋਂ ਉਤਰਦੀ ਹੈ, ਗਲੇ ਦੇ ਵਿੱਚ ਹੀ ਖੜ ਜਾਂਦੀ ਹੈ, ਕਿਉਂਕਿ ਜਦੋਂ ਉਹਦੇ ਵਿੱਚ ਘੀ ਦੀ ਮਿਕਸਾਨ ਨਹੀਂ ਹੋਊਗੀ ਔਰ ਚੀਨੀ ਘੱਟ ਮਿਕਸਾਨ 'ਚ ਹੋਊਗੀ ਤਾਂ ਉਹ ਜਿਹੜਾ ਕਿੱਥੋਂ ਜਾਊਗੀ। ਇਸ ਚੀਜ਼ ਦਾ ਹੈਗਾ ਵੀ ਬੱਚੇ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਮੈਂ ਦਫ਼ਤਰ ਦੇ ਵਿੱਚ ਵੀ ਇਸ ਫੀਡ ਨੂੰ ਬਣਾ ਕੇ ਲੈ ਕੇ ਗਈ ਸੀ ਤਾਂ ਉੱਥੇ ਵੀ ਅਸੀਂ ਨੇ ਕਿਹਾ ਸੀ ਕਿ ਰੋਸਟਡ ਨਹੀਂ ਹੈਗਾ ਦਲੀਆ ਇਹ। ਪਰ ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਸੀ ਤੁਸੀਂ? ਅਸੀਂ ਸਾਡੇ CDPO ਸਾਹਿਬ ਨੇ, ਗੁਰਪਿੰਦਰ ਮੈਡਮ ਜੀ, ਉਹਨਾਂ ਨੂੰ ਮਿਲੇ ਸੀ, ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਸੀ। ਮਾਰਕਫੈਡ ਦੇ ਅਧਿਕਾਰੀ ਵੀ DPO ਦਫ਼ਤਰ ਬੈਠੇ ਸੀ, ਉਹਨਾਂ ਨੂੰ ਵੀ ਕਿਹਾ ਕਿ ਜਿਹੜੀ ਪੰਜੀਰੀ ਹੈ ਤੁਹਾਡੀ ਬਹੁਤ ਘਟੀਆ ਕੁਆਲਿਟੀ ਦੀ ਆ ਰਹੀ ਹੈ, ਉਹਦੀ ਜਿਹੜਾ ਉਹਦੇ 'ਚ ਸੁਧਾਰ ਕੀਤਾ ਜਾਵੇ, ਤਾਂ ਉਹ ਵੀ ਜਿਹੜੀ ਹੈ ਬਹੁਤ ਮਤਲਬ ਘਟੀਆ ਉਹ ਹੈਗਾ, ਵਧੀਆ ਮਤਲਬ ਬਣਾ ਕੇ ਦਿੱਤੀ ਜਾਵੇ। ਰਿਸਪੌਂਸ ਮਿਲਿਆ ਮੈਡਮ ਤੋਂ ਕੀ ਕਹਿਣਾ? ਮੈਡਮ ਦਾ ਤਾਂ ਇਹੀ ਕਹਿਣਾ ਸੀ, ਨਹੀਂ ਜੀ ਕਹਿੰਦੇ ਦਲੀਆ ਤਾਂ ਠੀਕ ਹੈ ਜੀ, ਇਹਦੇ 'ਚ ਕੋਈ ਕਮੀ ਨਹੀਂ ਹੈ, ਰੋਸਟਡ ਹੀ ਘੱਟ ਹੈ ਜੀ, ਪਰ ਜੇਕਰ ਉਹਨੂੰ ਦੇਖੀਏ ਤਾਂ ਜੇਕਰ ਸਾਨੂੰ ਕੱਚਾ ਬਿਨਾਂ ਮਿਕਸ ਤੋਂ ਮਿਲਦਾ ਹੈ
ਉਹਦੇ ਵਿੱਚ ਕੁਛ ਚੀਨੀ ਵਗੈਰਾ ਮਿਕਸ ਨਹੀਂ ਕੀਤੀ ਹੁੰਦੀ, ਤਾਂ ਅਸੀਂ ਉਹਨੂੰ ਧੋ ਕੇ ਭੁੰਨ ਕੇ ਬਣਾ ਸਕਦੇ ਹਾਂ। ਤਾਂ ਇਹ ਨਹੀਂ ਪਤਾ ਹੁੰਦਾ ਵੀ ਕਿਸ ਤਰ੍ਹਾਂ ਦਾ ਹੁੰਦਾ ਇਹ, ਅਤੇ ਉਹਨੂੰ ਅਸੀਂ ਨਾ ਧੋ ਸਕਦੇ ਹਾਂ ਨਾ ਕੁਛ ਹੋਰ ਕਰ ਸਕਦੇ, ਜਿਸ ਤਰ੍ਹਾਂ ਦਾ ਆਉਂਦਾ ਤਾਂ ਉਸ ਤਰ੍ਹਾਂ ਦਾ ਹੀ ਬਣਾਉਣਾ ਸਾਨੂੰ ਪੈਂਦਾ ਹੈਗਾ। ਮੇਰੇ ਕੋਲ ਵੀ ਬਰਬਲੀ ਸ਼ਿਕਾਇਤ ਆਈ ਸੀ ਵਰਕਰ ਦੀ, ਸਰਬਜੀਤ ਕੌਰ ਆ ਸਾਡੇ ਰਾਮਨਗਰ ਬਸਤੀ 'ਚ ਆਂਗਨਵਾੜੀ ਸੈਂਟਰ ਲਾਉਂਦੇ ਹਾਂ, ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਸਾਨੂੰ ਸਾਰਾ ਕੁਛ ਤੁਸੀਂ ਲਿਖਤੀ ਤੌਰ 'ਤੇ ਦਿਓ, ਜਵਾਬੀ ਕਰਨਾ ਨਾਲ ਕੁਛ ਵੀ ਨਹੀਂ ਬਣਦਾ। ਦੇਖੋ ਹੈੱਡ ਆਫਿਸ ਸ਼ਿਕਾਇਤ ਜਾਣੀ ਆ, ਜੇ ਸਾਨੂੰ ਲਿਖ ਕੇ ਦਿੰਦੇ ਨੇ ਪੇਰੈਂਟਸ ਦੇ ਸੁਝਾਅ ਸਾਡੇ ਕੋਲ ਭੇਜ ਦਿੰਦੇ ਨੇ ਲਿਖਤੀ ਤੌਰ 'ਤੇ, ਤਾਂ ਆਪਾਂ ਆਪਣੇ ਕਮੈਂਟਸ ਦੇ ਨਾਲ ਅਸੀਂ DPO ਨੂੰ ਭੇਜ ਦਾਂਗੇ, ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ, ਅਤੇ ਉਹ ਅੱਗੇ ਹੈੱਡ ਆਫਿਸ ਨੂੰ ਭੇਜ ਦੇਣਗੇ, ਕਿਉਂਕਿ ਇਹ ਕੰਮ ਜਿਹੜਾ ਹੈੱਡ ਆਫਿਸ ਦੇ ਲੈਵਲ ਦਾ, ਰਾਸ਼ਨ ਉਹਨਾਂ ਵੱਲੋਂ ਹੀ ਇੰਡੈਂਟ ਕੀਤਾ ਜਾਂਦਾ, ਉਹਨਾਂ ਵੱਲੋਂ ਹੀ ਖਰੀਦ ਕਰਕੇ ਸਾਡੇ ਕੋਲ ਭੇਜਿਆ ਜਾਂਦਾ। ਇਹ ਹਾਂਜੀ ਲਿਖਤੀ ਮੇਰੇ ਕੋਲ ਹਾਲੇ ਤੱਕ ਕੁਛ ਨਹੀਂ ਆਇਆ, ਜਵਾਨੀ ਉਹ ਕਹਿ ਕੇ ਗਏ ਸੀਗੇ, ਬਾਕੀ ਵਰਕਰਾਂ ਨੂੰ ਵੀ ਕਹਿ ਰਹੇ ਸੀ, ਫਿਰ ਮੈਂ ਸੁਪਰਵਾਈਜ਼ਰਾਂ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਮੈਡਮ ਸਾਨੂੰ ਕਿਸੇ ਦੀ ਵੀ ਸ਼ਿਕਾਇਤ ਨਹੀਂ ਆਈ, ਇਕੱਲੀ ਸਰਬਜੀਤ ਹੀ ਕਹਿ ਰਹੀ ਹੈ ਵੀ ਜੇ ਉਹ ਲਿਖਤੀ ਦੇ ਜਾਂਦੇ ਨੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਅੱਗੇ ਭੇਜ ਦਿੰਦੀ ਹਾਂ। ਮੈਂ ਖਾਣਾ ਕਿਹੜੀ ਕੰਪਨੀ ਵੱਲੋਂ ਪੈਕਿੰਗ ਹੁੰਦੀ ਹੈ? ਇਹ ਮਾਰਕਫੈਡ ਵੱਲੋਂ ਆਉਂਦਾ ਜੀ। ਮਾਰਕਫੈਡ ਦੇ ਖਾਣੇ 'ਚ ਕੰਪਨੀ ਆ ਰਹੀ ਹੈ ਤੁਹਾਡੇ ਰਿਕਾਰਡ 'ਚ ਜਾਂ ਤੁਹਾਨੂੰ ਨੌਲੇਜ? ਨਹੀਂ ਸਾਡੇ ਖਾਣੇ 'ਚ ਤਾਂ ਅਸੀਂ ਇੱਕ ਦੋ ਵਾਰੀ ਮੰਗਵਾ ਕੇ ਬਣਵਾ ਕੇ ਵੀ ਦੇਖਿਆ, ਠੀਕ ਆਇਆ, ਬਣਿਆ ਹੋਇਆ ਵੀ ਲਿਆਂਦਾ ਸੈਂਟਰਾਂ ਦੇ ਵਿੱਚੋਂ ਸੁਪਰਵਾਈਜ਼ਰ ਨੇ ਕਈ ਵਾਰੀ ਵੀ ਮੈਡਮ ਆਹ ਚੀਜ਼ ਹੈ, ਤਾਂ ਕੋਈ ਦਿੱਕਤ ਵਾਲੀ ਆਈ ਲੱਗੀ ਨਹੀਂ ਸਾਨੂੰ। ਮਤਲਬ ਬੱਚਿਆਂ ਦੇ ਪੇਰੈਂਟਸ ਕਹਿੰਦੇ ਵੀ ਕੜਤਣ ਵਗੈਰਾ ਆਉਂਦੀ ਹੈ? ਉਹ ਹਿੰਗ ਦਾ ਤੜਕਾ, ਹਿੰਗ ਦਾ ਝਾਸਾ ਦਿੱਤਾ ਹੋਇਆ ਜਿਹਨੂੰ ਰਾਸ਼ਨ ਨੂੰ, ਦਲੀਏ ਨੂੰ ਵੀ ਜਿਹੜਾ ਨਮਕੀਨ ਦਲੀਆ ਹੈ, ਅਤੇ ਖਿਚੜੀ ਦੇ ਵਿੱਚ ਵੀ ਹੈ। ਖਿਚੜੀ ਦੇ ਵਿੱਚ ਇੱਕ ਜਿਸ ਤਰ੍ਹਾਂ ਸਰ੍ਹੋਂ ਹੁੰਦੀ ਹੈ, ਸਰ੍ਹੋਂ ਵਰਗੀ ਚੀਜ਼ ਪਾਈ ਹੋਈ ਹੈ ਆਪਾਂ ਨੂੰ, ਚਾਹੇ ਰਾਈ ਕਹਿ ਲਓ, ਵੀ ਉਹਦੇ 'ਚ ਥੋੜ੍ਹੀ ਖਟਾਸ ਲਿਆਉਣ ਵਾਸਤੇ ਉਸ ਚੀਜ਼ ਦੀ ਥੋੜ੍ਹੀ ਕੜਕਣ ਆਉਂਦੀ ਹੈ। ਜਿਹੜੇ ਆਂਗਨਵਾੜੀ ਦੇ ਛੋਟੇ ਬੱਚਿਆਂ ਨੂੰ ਜੋ ਵੀ ਫੀਡ ਜਾ ਰਹੀ ਹੈ, ਚਾਹੇ ਦਲੀ ਆ ਚਾਹੇ ਆ, ਉਹਦੇ ਵਿੱਚ ਕਾਫੀ ਕਮੀਆਂ ਦੱਸੀਆਂ ਗਈਆਂ ਨੇ। ਪੇਰੈਂਟਸ ਕਹਿ ਰਹੇ ਨੇ ਕਿ ਉਹ ਬਿਲਕੁਲ ਬੱਚਿਆਂ ਦੇ ਖਾਣ ਯੋਗ ਨਹੀਂ ਹੈਗਾ, ਤੁਹਾਡੇ ਕੋਲੋਂ ਸਪਲਾਈ ਹੋ ਰਿਹਾ? ਨਹੀਂ ਜੀ, ਇਹ ਜੀ ਵੈਸੇ ਕੋਈ ਗੱਲ ਨਹੀਂ ਹੈਗੀ, ਜੋ ਵੀ ਅਸੀਂ CDPO ਨੂੰ ਬੱਚਿਆਂ ਦੇ ਲਈ ਜਾਂ ਗਰਭਵਤੀ ਔਰਤਾਂ ਦੇ ਲਈ ਸਪਲਾਈ ਕਰ ਰਹੇ ਹਾਂ, ਜਿਵੇਂ ਪੰਜੀਰੀ ਹੋ ਗਈ, ਖਿਚੜੀ ਹੋ ਗਈ, ਦਲੀਆ ਹੋ ਗਿਆ, ਇਹ ਸਾਰਾ ਮਤਲਬ ਕਿ ਪੂਰੀ ਗੁਣਵੱਤਾ ਦੇ ਆਧਾਰ 'ਤੇ ਹੀ ਮਤਲਬ ਕਿ ਸਾਰਾ ਭੇਜਿਆ ਜਾ ਰਿਹਾ। ਅਤੇ ਅਗਰ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਕੰਪਲੇਂਟ ਆਉਂਦੀ ਹੈ, ਜਿਵੇਂ ਕਿ ਸਾਡੇ ਕੋਲ ਪਿੱਛੇ ਜੇ ਆਈ ਸੀਗੀ ਵੀ ਪੰਜੀਰੀ ਜਿਹੜੀ ਕੱਚੇਪਨ ਦੇ ਵਿੱਚ ਹੈ, ਤਾਂ ਸਾਡੇ ਵੱਲੋਂ ਮਤਲਬ ਉਹ ਕੰਪਨੀ ਦੇ ਨਾਲ ਟਾਈ ਅਪ ਕਰਕੇ ਸਾਡੇ ਸੀਨੀਅਰਸ ਨਾਲ, ਅਤੇ ਉਸ ਨੂੰ ਅਸੀਂ ਤੁਰੰਤ ਹੀ ਰਿਪਲੇਸ ਕਰਵਾ ਦਿੱਤਾ ਗਿਆ ਸੀਗਾ। ਇਹੋ ਜਿਹਾ ਕੋਈ ਗੱਲ ਹੈ ਨਹੀਂ, ਵੈਸੇ ਹੀ ਮਤਲਬ ਕਿ ਉਹ ਹੈ। ਸਰ ਵੈਸੇ ਪੇਰੈਂਟਸ ਨੇ ਖੁਦ ਸਾਨੂੰ ਪਲੇਟਸ 'ਚ ਪਾ ਕੇ ਚੈੱਕ ਕਰਾਇਆ, ਸਮੈਲ ਆ ਰਹੀ ਸੀ, ਅਸੀਂ ਆਪ ਦੇਖਿਆ, ਅਤੇ ਉਹ ਕਹਿ ਰਹੇ ਨੇ ਸਰ ਡੰਗਰਾਂ ਨੂੰ ਵੀ ਪਾਉਂਦੇ ਹਾਂ, ਗਊਸ਼ਾਲਾ ਨੂੰ ਪਾਉਂਦੇ ਹਾਂ, ਖਾਣ ਦੇ ਯੋਗ ਨਹੀਂ। ਨਹੀਂ, ਇਨ ਫਿਊਚਰ ਅਗਰ ਸਾਡੇ ਕੋਲ ਦੇਖੋ, ਹਜੇ ਤਾਂ ਕੋਈ ਸਾਡੇ ਕੋਲ ਰਿਟਰਨ ਦੇ ਵਿੱਚ ਆਇਆ ਨਹੀਂ ਹੈਗਾ, ਜਦੋਂ ਆਇਆ ਸੀ ਅਸੀਂ ਰਿਪਲੇਸ ਕਰਵਾ ਦਿੱਤਾ ਸੀਗਾ, ਅਤੇ ਅਗਰ ਸਾਡੇ ਕੋਲ ਕੋਈ ਰਿਟਰਨ ਦੇ ਵਿੱਚ ਕੰਪਲੇਂਟ ਆਉਂਦੀ ਹੈ ਤਾਂ ਅਸੀਂ ਉਸ ਨੂੰ ਜ਼ਰੂਰ ਇਨੀਸ਼ੀਏਟਿਵ ਲੈ ਕੇ ਕੰਮ ਕਰਾਂਗੇ। ਅਤੇ ਵੈਸੇ ਤਾਂ ਜਿਵੇਂ ਸਾਡੇ ਕੋਲ ਤੁਹਾਡੇ ਸਾਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਆ ਪ੍ਰੋਬਲਮ ਆਈ ਹੈ, ਅਸੀਂ ਨਾਲ ਦੀ ਨਾਲ ਸਾਡੇ ਸੀਨੀਅਰਸ ਨਾਲ ਗੱਲ ਕਰਤੀ ਸੀ, ਅਤੇ ਉੱਥੋਂ ਸਾਡੇ ਲੈਬ ਜਿਹੜੇ ਸਪੈਸ਼ਲਿਸਟ ਨੇਗੇ ਉਹ ਆ ਰਹੇ ਨੇ, ਈਵਨ ਕਿ ਉਹ ਕੱਲ੍ਹ ਆ ਕੇ ਇਹਨੂੰ ਚੈੱਕ ਕਰ ਲੈਣਗੇ, ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਉਸਨੂੰ ਨਾਲ ਦੀ ਨਾਲ ਤੁਰੰਤ ਰਿਪਲੇਸ ਕਰਵਾ ਦੇਵਾਂਗੇ। ਸਰ ਕੀ ਜਿਹੜਾ ਬਾਲ ਵਿਕਾਸ ਵਿਭਾਗ ਦੇ ਕੋਲ ਤੁਹਾਡਾ ਜਿਹੜਾ ਗਏ ਨੇ ਪ੍ਰੋਡਕਟ, ਨਾ ਤਾਂ ਉਹਨਾਂ ਦੇ MRP ਹੈ ਨਹੀਂ, ਜੋ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਨਹੀਂ ਮੈਂ ਦੱਸਦਾ ਜੀ, ਦੇਖੋ ਜਦੋਂ ਇਹ ਲੋਟ ਤਿਆਰ ਹੁੰਦਾ ਨਾ, ਈਵਨ ਕਿ ਇਹਦੀ ਜਿਹੜੀ ਮਸ਼ੀਨ ਦੇ ਵਿੱਚ ਇਹਦੀ ਨਾਲ ਦੀ ਨਾਲ ਸਟੈਂਪਿੰਗ ਹੁੰਦੀ ਹੈ, ਐਂ ਤਾਂ ਹੈ ਨਹੀਂ ਗਾ ਕਿ ਇੱਕ ਦੋ ਪੈਕਟ ਆਪਣਾ ਮਤਲਬ ਕਿ ਜਿਹੜਾ ਹੈਗਾ ਵਿਦਆਊਟ ਡੇਟ ਆਫ ਮੈਨੂਫੈਕਚਰਿੰਗ ਤੋਂ ਚਲਾ ਜਾਊਗਾ। ਇਹ ਅਸੀਂ ਤੁਹਾਨੂੰ ਜ਼ਰੂਰ ਸ਼ਿਓਰਟੀ ਦਿਵਾਉਂਦੇ ਹਾਂ ਕਿ ਜੋ ਸਾਡੇ ਕੋਲ ਪ੍ਰੋਡਕਟ ਤੁਹਾਨੂੰ ਸਾਨੂੰ ਦਿਖਾਏ ਸੀਗੇ ਉਹ ਕੰਪਨੀ ਨੇ, ਉਹ ਕੰਪਨੀ ਵੱਲੋਂ ਮਤਲਬ ਕਿ ਸਾਡਾ ਚੌਥੇ ਸਮੈਸਟਰ ਕੁਆਟਰ ਦੇ ਵਿੱਚ ਸਪਲਾਈ ਨਹੀਂ ਹੋਇਆ, ਇਹ ਜਿਹੜਾ ਪ੍ਰੋਡਕਟ ਸੀਗਾ ਉਹ ਕੰਪਨੀ ਵੱਲੋਂ ਓਨਲੀ ਤੀਜੇ ਕੁਆਟਰ ਦੇ ਵਿੱਚ ਸਪਲਾਈ ਕੀਤਾ ਗਿਆ ਸੀਗਾ,
ਤੇ ਹੋ ਸਕਦਾ ਕਿਸੇ ਨੇ ਮਤਲਬ ਕਿ ਵੈਸੇ ਹੀ ਕੋਈ ਕੀਤਾ ਹੋਵੇ। ਸਕੂਲ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਵੱਡੀ ਗੜਬੜ ਕਰਕੇ 41 ਦੇ ਕਰੀਬ ਬੱਚਿਆਂ ਨੂੰ ਫੂਡ ਪੋਇਜ਼ਨਿੰਗ ਹੋਈ, ਪੂਰਾ ਹਸਪਤਾਲ ਭਰ ਗਿਆ ਸੀਗਾ, ਤਾਂ ਇਹ ਇਹੋ ਜਿਹੇ ਮਸਲੇ 'ਚ ਅਣਗਹਿਲੀ 'ਚ ਜਵਾਬਦੇਹੀ ਕਿਹਦੀ ਤੈਅ ਕਰਦੇ? ਨਹੀਂ, ਉਹ ਅਸੀਂ ਮੰਨਦੇ ਹਾਂ ਵੀ ਜਿਹੜੀ ਉੱਥੇ ਪ੍ਰੋਬਲਮ ਆਈ ਸੀ, ਬਟ ਸਾਡੇ ਵੱਲੋਂ ਜਿਹੜੀ ਹੈਗੀ ਨਾ ਸਾਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਕੋਈ ਵੀ ਮਤਲਬ ਕਿ ਅਸੀਂ ਇਹੋ ਜਿਹਾ ਪ੍ਰੋਡਕਟ ਅਸੀਂ ਮਾਰਕੀਟ 'ਚ ਨਹੀਂ ਲੈ ਕੇ ਆਵਾਂਗੇ ਜਿਹਦੇ ਨਾਲ ਕਿਸੇ ਨੂੰ ਨੁਕਸਾਨ ਹੋਵੇ। ਈਵਨ ਕਿ ਇਹਦੀ ਪਹਿਲਾਂ ਪ੍ਰੋਪਰ ਸਾਰੀ ਟੈਸਟਿੰਗ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਸਪਲਾਈ ਕਰਦੇ ਹਾਂ। ਕਿੰਨਾ ਜਿਹੜਾ ਮਾਲ ਆ ਤੁਹਾਡੇ ਵੱਲੋਂ ਸਪਲਾਈ ਕੀਤਾ ਗਿਆ ਸੀ ਜੀ, ਅਤੇ ਕੋਈ ਵੀ ਜਿਹੜੀ ਡੇਟ ਹੈਗੀ ਉਹ ਨਹੀਂ ਮੈਂਸ਼ਨ? ਨਹੀਂ, ਇਹ ਸਾਡੇ ਕੋਲ ਦੇਖੋ ਫਸਟ ਕੇਸ ਆਇਆ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਉਹਦੇ 'ਤੇ ਡੇਟ ਆਫ ਮੈਨੂਫੈਕਚਰਿੰਗ ਨਹੀਂ ਲਿਖੀ ਹੋਈ। ਅੱਜ ਤੱਕ ਮਤਲਬ ਕਿ ਸਾਡੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸਪਲਾਈ ਹੋ ਰਹੀ ਹੈ, ਈਵਨ ਕਿ ਸੰਗਰੂਰ ਦੇ ਵਿੱਚ ਵੀ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਬਟ ਸਾਡੀ ਟੀਮ ਆ ਰਹੀ ਹੈ, ਅਸੀਂ ਇਹਨੂੰ ਪੂਰਾ ਧਿਆਨ ਦੇ ਨਾਲ ਚੈੱਕ ਕਰਵਾ ਕੇ ਫਿਰ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜਿੰਨਾ ਵੀ ਸਟੋਕ ਹੋਇਆ ਅਸੀਂ ਉਸਨੂੰ ਰਿਪਲੇਸ ਕਰਵਾ ਦਿੰਦੇ ਹਾਂ।